ਮਾਂ ਸਾਡਾ ਕੀ ਗੁਨਾਹ ਹੈ? ਇਹ ਗੁਨਾਹ ਤਾਲਾ ਬਲਵੀ ਕੋਲ ਪੁੱਛ ਲਓ ਜਾਂ ਉਹਦੇ ਖਰਲ ਬਰਾਦਰਾਨ ਬੈਠੇ ਉਹਨਾਂ ਕੋਲ ਪੁੱਛ ਲਓ। ਜਿਹੜਾ ਬੰਦਾ ਆਉਂਦਾ ਮੇਰੇ 'ਤੇ ਨਹੀਂ ਕੋ ਬੰਦਾ ਸ਼ਾਹ ਜੀ ਬੋਲੇ ਜ਼ਾਕਰ ਅਲ ਬੈਤ ਸ਼ਾਇਰ ਅਲ ਇਮਰਾਨ ਜਨਾਬੇ ਵਾਰਿਸ ਅਲੀ ਹੈਦਰੀ ਸਾਹਿਬ ਉਹਨਾਂ ਦੇ ਫੌਰਨ ਬਾਅਦ, ਗੁਲਾਮ ਅਬਾਸ ਬੰਗੂ ਸਾਹਿਬ ਉਹਨਾਂ ਤੋਂ ਬਾਅਦ, ਸੈਦ ਮੁਕਰਬ ਅਬਾਸ ਕਿਰਮਾਨੀ ਉਹਨਾਂ ਤੋਂ ਬਾਅਦ, ਜਨਾਬੇ ਅਲੀ ਚੰਨ ਹੁਸੈਨੀ ਸਾਹਿਬ ਜ਼ਿਕਰ ਮੁਹੰਮਦ ਵਾਲੇ ਮੁਹੰਮਦ ਬਿਆਨ ਫਰਮਾਨਗੇ। ਸਲਵਾਤ ਪੜੋ ਬਾਵਾ ਬੁਲੰਦ ਮੁਹੰਮਦ ਵਾਲੇ ਮੁਹੰਮਦ, ਅਜ਼ੀਮ ਇਬਾਦਤ ਹੈ, ਸਲਵਾਤ ਸਾਰੇ ਬਾਵਾ ਬੁਲੰਦ ਪੜ ਲਓ। ਅੱਲਾਹੁਮਾ ਮੁਹੰਮਦ ਵਾਲੇ ਮੁਹੰਮਦ, ਦੁਆਵਾਂ ਦੀ ਕਬੂਲੀਅਤ ਵਾਸਤੇ ਵੀ ਬਾਵਾ ਬੁਲੰਦ ਸਲਵਾਤ। ਮੁਹੰਮਦ ਵਾਲੇ ਮੁਹੰਮਦ, ਬਿਮਾਰ ਮੋਮਿਨੀਨ ਮੋਮਿਨਾਤ ਦੀ ਸਿਹਤ ਯਾਬੀ ਔਰ ਸ਼ਿਫਾ ਯਾਬੀ ਵਾਸਤੇ ਵੀ ਬਾਵਾ ਬੁਲੰਦ ਸਲਵਾਤ। ਸੱਲੇ ਆਲਾ ਮੁਹੰਮਦ ਵਾਲੇ ਮੁਹੰਮਦ, ਸਾਦਾਤ ਮੋਮਿਨੀਨ ਆਸੇ ਪਾਸੇ ਦਾ ਖਿਆਲ ਛੋੜ ਕੇ ਇਸਤਕਬਾਲ ਰੂਹੇ ਜਨਾਬ ਜ਼ਹਰਾ ਦੀ ਖਾਤੇ ਰੱਖਾਂ ਬੰਦ ਕਰਕੇ ਦਰੂਦ ਭੇਜੋ। ਅੱਲਾਹੁਮਾ ਮੁਹੰਮਦ ਸੁਲਤਾਨ ਜ਼ਮਾਨਾ ਵਲੀ ਉਲ ਅਸਰ ਸਰਕਾਰ ਕਾਇਮ ਆਲ ਮੁਹੰਮਦ ਦੇ ਤਾਜੀਲ ਜ਼ਹੂਰ ਔਰ ਸਲਾਮਤੀ ਵਾਸਤੇ ਵੀ ਬਾਵਾ ਬੁਲੰਦ ਸਲਾਵਾਤ। ਮੁਹੰਮਦ ਵਾਲ ਮੁਹੰਮਦ, ਨਾਰੇ ਤਕਬੀਰ ਅੱਲਾਹ ਅਕਬਰ, ਖਾਲਿਕ ਦਾ ਨਾਮ ਬੁਲੰਦ ਹੈ, ਬੁਲੰਦ ਆਵਾਜ਼ ਨਾਲ ਨਾਰੇ ਤਕਬੀਰ ਅੱਲਾਹ ਅਕਬਰ, ਸਾਰੇ ਬੋਲੋ ਨਾਰੇ ਰਿਸਾਲਤ ਯਾ ਰਸੂਲ ਅੱਲਾਹ, ਸਭ ਬੋਲੋ ਨਾਰੇ ਰਿਸਾਲਤ ਯਾ ਰਸੂਲ ਅੱਲਾਹ, ਸਭ ਬੋਲੋ ਨਾਰੇ ਹੈਦਰੀ ਯਾ ਅਲੀ, ਹੱਥ ਬੁਲੰਦ ਹੈਦਰੀ ਯਾ ਅਲੀ ਅਲੈਹਿਸ ਸਲਾਮ। ਦੁਆ ਹੈ ਮੌਲਾ ਕਾਇਨਾਤ ਬੱਕੇ ਮੁਹੰਮਦ ਵਾਲੇ ਮੁਹੰਮਦ, ਜਨਾਬ ਦਾ ਇਸ ਮਕਾਮੇ ਦੀ ਸ਼ਰਫ ਤੇ ਟੁਰਾਇਆ ਕਬੂਲ ਮੰਜ਼ੂਰ ਫਰਮਾਵੇ, ਬੇਨਿਆਜ਼ ਬਾਦਸ਼ਾਹ ਇਸ ਇਤਲਾ ਦੇ ਜ਼ਮਾਨੇ ਸ਼ਰਫਾ ਦੀ ਇੱਜ਼ਤ ਨੂੰ ਮਹਿਫੂਜ਼ ਫਰਮਾਵੇ। ਜਿਹੜੇ ਬਿਮਾਰ ਹਨ ਸਦਕਾ ਬਿਮਾਰੀ ਹੈ ਬਿਮਾਰੀ ਕਰਬਲਾ, ਖਾਲਿਕ ਉਹਨਾਂ ਨੂੰ ਸਿਹਤ ਕਾਮਿਲ ਆਵਾਜ਼ ਅਤਾ ਫਰਮਾਵੇ। ਮਾਲਿਕ ਬਾਨੀਆਂ ਨੇ ਮਜਲਿਸ ਮੇਰੇ ਪਿਆਰੇ ਭਾਈਜਾਨ ਪੀਰ ਕਾਮਰਾਨ ਸ਼ਾਹ ਦੀਗਰ ਅਹਬਾਬ ਦੀ ਸਾਈ ਸਈਦ ਨੂੰ ਆਪਣੀ ਬਾਰਗਾਹ ਜਲੀਲ ਉਲ ਕਦਰ ਵਿੱਚ ਕਬੂਲ ਮੰਜ਼ੂਰ ਫਰਮਾਵੇ। ਮਾਲਿਕ ਸਾਡੇ ਬਾਰਵੇਂ ਹਾਦੀ ਦਾ ਜਲਦ ਹਮ ਫਰਮਾਵੇ, ਤਕਲੀਫ ਫਰਮਾਓ ਸਲਵਾਤ ਸਾਰੇ ਬਾਵਾ ਦੇ ਬੁਲੰਦ ਪਰ। ਮੇਰੇ ਤੋਂ ਬਹੁਤ ਬਿਹਤਰੀਨ ਪੜ੍ਹਨ ਵਾਲੇ ਪੜ ਗਏ, ਮੇਰੇ ਤੋਂ ਬਹੁਤ ਬਿਹਤਰੀਨ ਆਲਾ ਪੜ੍ਹਨ ਵਾਲੇ ਤਸ਼ਰੀਫ ਫਰਮਾ। ਕਾਇਨਾਤ ਦੇ ਵਾਰਿਸਾਨ ਖਾਸਾਨੇ ਕਿਬਰੀਆ ਪਹਿਚਾਨੇ ਕਿਬਰੀਆ, ਕਾਇਨਾਤ ਦੇ ਵਾਰਿਸਾਂ ਦਾ ਜ਼ਿਕਰ ਇਵੇਂ ਕਰਨਾ ਹੈ ਜਿਵੇਂ ਨਮਾਜ਼ੀ ਨਮਾਜ਼ ਪੜ੍ਹਦੇ। ਮੈਂ ਆਪਣੀ ਹੈਸੀਅਤ ਤੋਂ ਵੱਡੀ ਗੱਲ ਕਰਨ ਲੱਗਾ, ਜਿਹੜੇ ਅਹਬਾਬ ਨੌਜਵਾਨ ਹਨ ਬਣਾ ਮੈਂ ਮੌਲਾ ਕਦਮ ਕਦਮ ਅੱਗੇ ਤਸ਼ਰੀਫ ਲੈ ਆਓ, ਤਾਂ ਕਿ ਮੈਂ ਸੈਯਦਜ਼ਾਦੇ ਨੂੰ ਮਾਹੌਲ ਇੱਕ ਬਣਾ ਕੇ ਮੈਂਬਰਾਂ ਦੇ ਹਵਾਲੇ ਕਰਾਂ। ਇੱਕ ਇੱਕ ਕਦਮ ਅੱਗੇ ਤਸ਼ਰੀਫ ਲੈ ਆਓ, ਸਲਵਾਤ ਸਾਰੇ ਬਾਵਾ ਦੇ ਬੁਲੰਦ ਪੜ੍ਹ ਲਓ। ਅੱਲਾਹੁਮਾ ਮੁਹੰਮਦ ਵਾਲੇ ਮੁਹੰਮਦ, ਸਰ ਸੇ ਲੈ ਕੇ ਪਾਉਂ ਤੱਕ ਤਨਵੀਰ ਹੀ ਤਨਵੀਰ ਹੈ। ਨਾ ਮੈਂ ਕਿਸੇ ਨੂੰ ਚਾਠ ਮਾਰਨੀ ਹੈ, ਨਾ ਮੇਰੇ 'ਚ ਹਿੰਮਤ ਹੈ ਜੋ ਮੈਂ ਕਿਸੇ ਨੂੰ ਚਾਠ ਮਾਰਾਂ। ਠੀਕ ਹੈ ਜੀ, ਨਹੀਂ ਜੀ, ਮੈਂ ਤਾਂ ਉਹਦੇ ਕੋਲ ਵੀ ਖਾ ਲਵਾਂ। ਸਰ ਸੇ ਲੈ ਕੇ ਪਾਉਂ ਤੱਕ ਤਨਵੀਰ ਹੀ ਤਨਵੀਰ ਹੈ, ਸ਼ੀਆ ਹੁੰਦਾ ਹੀ ਉਹ ਹੈ ਜਿਸਦਾ ਅਕੀਦਾ ਏ ਤੌਹੀਦ ਬੁਲੰਦ ਹੋਵੇ। ਮੈਂ ਜ਼ੀ ਕਦਰ ਜ਼ਾਕਰੀਨ ਦੀ ਮੌਜੂਦਗੀ ਵਿੱਚ ਪੀਰ ਮੁਕਰਬ ਸ਼ਾਹ ਜੀ ਜੁਮਲਾ ਆਖਣ ਲੱਗਾ, ਪਹਿਲੀ ਵਾਰੀ ਅੱਜ ਆਖਣ ਲੱਗਾ, ਮਾਰਫਤੇ ਤੌਹੀਦ ਦਾ ਨਾਮ ਹੀ ਸ਼ੀਅਤ ਹੈ। ਉਹ ਕਿਤਨੀ ਤਾਕਤ ਵਾਲਾ ਖੁਦਾ ਹੈ ਜਿਸ ਦੇ ਸਾਹਮਣੇ 5, 12, 14 ਦੀ ਜ਼ਮੀਨੇ ਨੇ ਆਸ ਝੁਕਵੈਂਦੀ ਹੈ। ਠੀਕ ਹੈ ਜੀ, ਸਰ ਸੇ ਲੈ ਕੇ ਪਾਉਂ ਤੱਕ ਤਨਵੀਰ ਹੀ ਤਨਵੀਰ ਹੈ, ਔਰ ਗੁਫ਼ਤਗੂ ਸਰਕਾਰ ਕੀ ਕੁਰਾਨ ਕੀ ਤਫਸੀਰ ਹੈ, ਸੋਚਤੀ ਤੋਂ ਹੋਗੀ ਦੁਨੀਆ ਮੁਸਤਫਾ ਕੋ ਦੇਖ ਕਰ, ਕਿਆ ਵੋ ਮੁਸੱਵਰ ਕੈਸਾ ਹੋਗਾ ਜਿਸ ਕੀ ਇਹ ਤਸਵੀਰ ਹੈ। ਸਲਵਾਤ ਹੈਦਰੀ
ਆ ਜ਼ਿੰਦਗੀ 'ਚ ਪਹਿਲੀ ਵਾਰੀ ਮੁਕਰਬ ਸ਼ਾਹ ਮੈਨੂੰ ਦੁਆ ਦਿੱਤੀ ਹੈ ਅਤੇ ਸਾਥ ਦਿੱਤੀ ਹੈ। أعوذ بالله من الشيطان اللعين الرجيم بسم الله الرحمن الحمد لله رب العالمين الصلاة والسلام على سيد الأنبياء والمرسلين يا بالقاسم محمد ਹੋ ਇੱਕ ਵੈਨ ਕਰੇਂਦਾ ਨੋ ਜ਼ਹਰਾ ਦਾ ਕਰਾਂ ਹੱਥੀ ਪਵਨ ਦਾ ਨਾਂ ਜ਼ਾਕਰੀ ਨਹੀਂ ਹੈ ਸਾਦਾ ਤੂੰ ਮੋਮਿਨੀਨ ਬੰਦੀ ਮੁਕਰਬ ਸ਼ਾਹ ਜੀ ਪਹਿਲੀ ਸਤਰ ਸ਼ੁਰੂ ਕੀਤੀ ਇੱਕ ਵੈਨ ਕਰੇਂਦਾ ਤਕੀਰ ਨੋ ਜ਼ਹਰਾ ਦਾ ਸਵਾਲ ਕਰੋ ਵਾਰਿਸ ਹੈਦਰੀ ਸਾਰੇ ਜ਼ਾਕਰਾਂ ਦਾ ਜੋੜੇ ਬਰਦਾਰ ਕਈ ਨੋਵਾਂ ਨੇ ਜ਼ਹਰਾ ਦੀਆਂ ਤਾਰੁਫ ਤਕਰਾ ਜ਼ਵਾਰ ਲਤੀਫ ਇੱਕ ਵੈਨ ਕਰੇਂਦਾ ਮਾਇਸ ਗਰਦਾ ਤੇ ਜਿਹੜੀ ਧੁੱਪ ਤੇ ਜੂੰਦੀ ਰਹੀ ਹੈ ਹੋ ਜਾਂਦਾ ਪੁੱਤਰ ਜ਼ੀਨਤ ਆਇਓ ਕਰਬਲ ਦੀ ਅਤੇ ਸ਼ਾਮ ਮੈਂ ਬਿਸਮਿਲ੍ਲਾ ਕਰਾਂ ਨੌਕਰਾਂ ਮੈਂ ਗੁਲਾਮਾਂ ਨੌਕਰਾਂ ਫਕੀਰ ਤੇਰਾ ਖਾਦਮਾਂ ਮੈਂ ਬਿਸਮਿਲ੍ਲਾ ਕਰਾਂ ਮੈਂ ਬਿਸਮਿਲ੍ਲਾ ਕਰਾਂ ਜੀ ਨੌਕਰਾਂ 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 ਹੋ ਜਾਂਦਾ ਪੁੱਤਰ ਜ਼ੀਨਤ ਆਇਓ ਕਰਬਲ ਦੀ ਅਤੇ ਸ਼ਾਮ ਦੀ ਜ਼ੀਨਤ ਮੈਂ ਬਿਸਮਿਲ੍ਲਾ ਕਰਾਂ ਇੱਕ ਵੈਨ ਕਰੇਂਦਾ ਮੈਂ ਰੁੱਲ ਮੋਈਦਾ ਤੇ ਜਿਹੜੀ ਧੁੱਪ ਤੇ ਜਿਉਂਦੀ ਰਹੀ ਹੋ ਜਾਂਦਾ ਪੁੱਤਰ ਜ਼ੀਨਤ ਕਰਬਲ ਦੀ ਅਤੇ ਸ਼ਾਮ ਮੈਂ ਬਿਸਮਿਲ੍ਲਾ ਕਰਾਂ ਜਿਹੜਾ ਮੇਰੇ ਯਾਰ ਹੁੰਦੇ ਹੋ ਮੈਂ ਬਿਸਮਿਲ੍ਲਾ ਕਰਾਂ ਕਬੀਰਾ ਕਬੀਰਾ ਗੁਨਾਹ ਮਾਫ ਹੁੰਦੇ ਨੇ ਬਾਜ਼ਾਰ ਰੁੱਲੀ ਦਰਬਾਰ ਗਈ ਤੇ ਨਾ ਖਤਮ ਥਈ ਜ਼ਿੰਦਗੀ ਹੋ ਜਦਾਂ ਧੁੱਪ ਤੋਂ ਉੱਠ ਕੇ ਹਾਇਓ ਛਾ ਤੇ ਆ ਗਈ ਮਾਇਸ ਗਰਦੀ ਮਰ ਮੈਂ ਬਿਸਮਿਲ੍ਲਾ ਕਰਾਂ ਨੌਕਰਾਂ ਨੌਕਰਾਂ ਨੌਕਰ ਜ਼ਿੰਦਗੀ ਹੋ ਜਦਾਂ ਧੁੱਪ ਤੋਂ ਉੱਠ ਕੇ ਹਾਇਓ ਛਾ ਤੇ ਆ ਗਈ ਮਾਇਸ ਗਰਦੀ ਮਰ ਮੈਂ ਬਿਸਮਿਲ੍ਲਾ ਕਰਾਂ ਨੌਕਰਾਂ 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 ਸਦਾ ਤੋਂ ਮੋਮਨੀਨ ਮਾਵਾਂ ਭੈਣਾਂ ਦੇ ਹਿੱਸੇ ਦਵਾਏਨ 11 ਮੁਹਰਮ ਦੀ ਰਾਤ ਪੀਰ ਮੁਕਰਬ ਸ਼ਾਹ ਜੀ 6 ਮਹੀਨਿਆਂ ਦੇ 3 ਵਾਰ ਪੁੱਠੇ ਹੋਏ ਪੁੱਤਰ ਦੀ ਲਾਸ਼ ਰਬਾਬ ਹੱਥਾਂ ਤੇ ਚਾਹੀਏ ਕਾਇਨਾਤ ਦੀ ਮੁਖਤਰਾ ਲਾਲ ਦੀ ਲਾਸ਼ ਨੂੰ ਹੱਥਾਂ ਤੇ ਚਾ ਕੇ ਫਰਮਾਇਆ ਕੋਈ ਸ਼ਿਕਵਾ ਨਹੀਂ ਜੋ ਪਿਓ ਤੇ ਦੇ ਤੇ ਕੀਤਾ ਆਪਣਾ ਫਰਜ਼ ਅਦਾ ਉਹ ਇੱਕ ਹਸਰਤ ਹੈ ਦਿਲ ਮੈਦੇ ਵਿੱਚ ਰੱਬ ਦੇਵੇ ਤੋੜ ਮਾਂ ਦੀ ਹਸਰਤ ਸੁਣੋ ਮਾਵਾਂ ਭੈਣਾਂ ਪਰ
ਪਰ ਰਬਾਬ ਦੀ ਜਾਇਆ ਹੋ ਜਦਾ ਜ਼ਾਇਰ ਕਰਾ ਨਜ਼ਿਆਰਤ ਆਂਦੇ ਆਧੇ ਅਸਗਰ ਦੀ ਮੈਂ ਬਿਸਮਿਲਾ ਕਰਾਂ ਨੌਕਰਾਂ 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 ਹਾ ਕਿਆ ਥੀ ਪਾਉਂਦਾ ਜੋ ਕੋਲ ਤੇਰੇ ਹੁੰਦੀ ਕਬਰ ਰਬਾਬ ਦੀ ਜਾਇਆ ਹੋ ਜਦਾ ਜ਼ਾਇਰ ਕਰਾ ਨਜ਼ਿਆਰਤ ਆਂਦੇ ਆਧੇ ਅਸਗਰ ਮੈਂ ਬਿਸਮਿਲਾ ਕਰਾਂ ਨੌਕਰਾਂ ਨੌਕਰਾਂ ਮੈਂ ਨੌਕਰਾਂ ਸਦਾ ਤੋਂ ਮੋਮਨ ਇਨਸ਼ਾਅੱਲਾ ਵੀਰਾਂ ਦੇ ਮੁਕੱਦਮ ਸ਼ਾਹ ਜੀ ਜੋੜ ਸਲਾਮਤ ਰਮਨ ਛੀਆਂ ਮਹੀਨਿਆਂ ਦੇ ਤਰਾਏ ਵਾਰ ਕੁੱਠੇ ਹੋਏ ਪੁੱਤਰ ਦੀ ਲਾਸ਼ ਚਾਹੀਏ ਕਾਇਨਾਤ ਦੀ ਮੁਅਜ਼ਮਾ ਹਮ ਸ਼ਕਲੇ ਪੈਗੰਬਰ ਅਕਬਰ ਦੀ ਲਾਸ਼ ਦਾ ਹੱਥ ਚਾਇਆ ਛੀਆਂ ਮਹੀਨਿਆਂ ਦੇ ਪੁੱਤਰ ਦੇ ਸੀਨੇ ਤੇ ਰੱਖਾ ਕਾਸਮ ਦੀ ਲਾਸ਼ ਦਾ ਟੁਕੜਾ ਚਾਹ ਕੇ ਹੋਰ ਰਿਜ਼ਵਾਨ ਸ਼ਿਰਾ ਦੀ ਛੀਆਂ ਮਹੀਨਿਆਂ ਦੇ ਪੁੱਤਰ ਦੀ ਲਾਸ਼ ਦੇ ਸੀਨੇ ਤੇ ਰੱਖ ਕੇ ਫਰਮਾਇਆ ਤੂੰ ਸੰਭੋ ਕੋਲ ਵੀ ਰਾਵਾਂ ਦੇ ਤੇ ਸ਼ਾਲਾ ਹੋਣੀ ਵੀਰ ਨਸੀਬ ਹੋ ਮੈਂ ਸ਼ਾਮ ਦੇ ਵਿੱਚ ਇੱਕ ਕੰਮ ਵਹਿੰਦੀਆਂ ਮੇਰੇ ਹੇ ਨਹਾਲਾਤ ਮੈਂ ਬਿਸਮਿਲਾ ਕਰਾਂ ਨੌਕਰਾਂ ਮੌਤ ਗਰੀਬ ਹੋ ਤੈਕੂ ਮੰਗ ਕੇ ਕਫਾ ਨ ਪਵੇਂਦੀ ਅਸਗਰ ਹੁੰਦਾ ਪੇਕਾ ਸ਼ਹਿਰ ਸੈਨਾ ਦੀ ਮੁੱਲ ਕਿਰਾਨ ਹੋਵੇ ਮੌਤ ਗਰੀਬ ਹੋ ਤੈਕੂ ਮੰਗ ਕੇ ਕਫਾ ਨ ਪਵੇਂਦੀ ਬਚੜਾ ਹੁੰਦਾ ਪੇਕਾ ਸ਼ਹਿਰ ਸੈਨਾ ਦੀ ਮੁੱਲ ਕਿਰਾਨ ਹੋਵੇ ਮੈਂ ਹਰ ਬੂਹੇ ਤੇ ਵੰਜਾਇਆ ਜਾ ਕੇ ਅੱਖ ਲੋਗਿਆ ਮੇਰਾ ਅਸਗਰ ਬੇਕ ਅੰਮਾ ਬਾਦੋ ਫਕਤ ਕਾ ਰਸੂਲ ਸੱਲਾਸਲਮ ਜ਼ਿਕਰੋ ਅਲੀ ਸਲਾਵਾ ਦੋਵਾਂ ਦੀ ਕਬੂਲੀਤ ਵਾਸਤੇ ਹਿੰਜ ਪੂੰਜ ਕੇ ਬਾਬਾ ਦੇ ਬੁਲੰਦ ਸਲਾਵਾਤ ਹਾਜ਼ਰੀ ਹੋ ਗਈ ਜੀ ਲਿਸਟ 'ਚ ਨਾਮ ਦਰਜ ਹੋ ਗਿਆ ਕਸੀਦੇ ਸੁਣਾ ਲਵੀਏ ਜੀ ਪਹਿਲੇ ਖੁਤਬਾ ਆਖਿਆ ਜੀ ਮੈਂ ਖੁਤਬਾ ਪੜ੍ਹਿਆ ਫਿਰ ਬੰਦ ਆਖਿਆ ਜੀ ਮੈਂ ਬੰਦ ਪੜ੍ਹੇ ਜੀ ਚਲੋ ਜੀ ਹੁਣ ਕਸੀਦਾ ਪੜ੍ਹਨੇ ਆ ਕਸੀਦਾ ਮੁਗਰਬ ਸ਼ਾਹ ਜੀ 28 ਜ਼ਿਕਾਦ ਹੈ ਕੱਢੋ ਯਾਰ ਖੈਰ ਇਮਾਮ ਰਜ਼ਾ ਮੈਂ ਨਵਾਂ ਕਸੀਦਾ ਲਿਖਿਆ ਜੀ ਜੀ ਪੱਕਾ ਹੀ ਸੁਣਾ ਸਾ ਪੱਕਾ ਕਰਕੇ ਸੁਣਾ ਸਾ ਸਾਹਮਣੇ ਵਾਲੇ ਮੁਹੰਮਦ ਸਾਹਮਣੇ ਵਾਲੇ ਮੁਹੰਮਦ ਉਹ ਸਰਦਾਰ ਜਿਸ ਦੀ ਨਾਲੈਣ ਦੇ ਸਦਕੇ ਲੋਕਾਂ ਨੂੰ ਸ਼ਾਹੀਆਂ ਮਿਲ ਗਈਆਂ ਅੱਲਾਹ ਅੱਠਵਾਂ ਲਾਲੇ ਵਿਲਾਇਤ ਅੱਲਾਹੁਮਾ ਸੱਲੇ ਆਲਾ ਮੁਹੰਮਦ ਵਾਲੇ ਮੁਹੰਮਦ ਮੈਂ 2018 ਵਿੱਚ ਜ਼ਿਆਰਤ ਗਿਆ ਕਰਬਲਾ ਮੁੱਲਾ ਗਿਆ ਸਾਮਰਾ ਗਿਆ ਕਾਜ਼ਮੈਨ ਗਿਆ ਨਜਫ ਬਾਦਸ਼ਾਹ ਗੁਲ ਗਿਆ ਹਾਜ਼ਰੀ ਦਿੱਤੀ ਜਿਵੇਂ ਮਸ਼ਹਦ ਮੁਕੱਦਸ ਵਿੱਚ ਰਜ਼ਾ ਵਸਦਾ ਹੈ ਨਾ ਅੱਲਾਹ ਕੋਈ ਨਹੀਂ ਵਸਦਾ ਮਾਹੇ ਜ਼ਿਕਾਦ ਹੈ ਸਰਦਾਰ ਦਾ ਰੋਜ਼ੇ ਵਿਲਾਦਤ ਉਹ ਜ਼ਹੂਰ ਵੀ ਇਸੇ ਮਹੀਨੇ 'ਚ ਹੈ ਅਤੇ ਸਰਦਾਰ ਦਾ ਰੋਜ਼ ਸ਼ਹਾਦਤ ਵੀ ਇਸੇ ਮਹੀਨੇ 'ਚ ਸੁਣਾ ਲਵੀਏ ਕਸੀਦਾ ਜੀ ਮੌਲਾ ਰਜ਼ਾ ਜਹਾਂ ਮੇ ਮਿਸਲ ਆਪਣੀ ਆਪ ਹੈ ਜਿਹੜੇ ਕਿਰਮਾਨੀ ਬੈਠੇ ਹੋ ਦੋ ਚਾਰ ਤਾਂ ਮੈਂ ਦੇਖ ਰਿਹਾ ਮੇਰਾ ਹੀ ਸ਼ੇਰ ਹੈ ਜਨਾਬ
मौला रजा जहां में मिसल, जहां में मिसल अपनी आप हैं, किरमानियों तुम्हारी ये जद के भी बाप हैं। कायनात दा सुल्तान के शान दा मालिक है, शाह खुरासान के शान दा मालिक है। बिल्कुल नवा कसीदा लिखा जी, बिल्कुल ही नवा कसीदा, बस वो सुना के ते एक पक्का कसीदा सुना के उस तो बाद तालबे दुआ जी सलवात सारे बाबा से बोलो पढ़ लो। ओ एक फकीर उठा रिजवान शिराजी, उन्हें आख्या जी आज मैं शाही लेनी है, शाही शाही हे तवज्जो मेरे आले पासे जी, मैं आज शाही लेनी है, खैरात च मैं आज खिजर शाही लेनी है। वड्डियां दे नौकर भी वड्डे वड्डे कर दे फकीर वड्डे, हम दरे शाहे नजफ पर देर से पहुंचे अमीर, एक मनसब था गुलामी वो भी कंबर ले गया। सर पढ़ नहीं। ओ फकीर आखिया जी मैं शाही लेनी है, बस दो मिनट की गल है, तो उसके बाद कसीदा शाही दा सोच के जवार लतीफ तुर पिया, सामने डिठा मुश्को अंबर दे लद्दे हुए उठ जा रहे है। फकीर सीधा आया मौला रजा बादशाह दे दरबार च, पैर चुमया का मैं शाही लेनी है जी, आज शाही मैं शाही लेनी है। दारैन दे सुल्तान ने अपनी नालैन वाल इशारा किया, कायनात दे सुल्तान फरमाया तू एक शाही मंगना है, मैं हजार शाहियां देता फिर। अल्लाह अकबर, नालैन चाही सरदार दी, सीने न लाई, फिर सोचा सीने दी बुलंदी थोड़ी है, नालैन दी शान बुलंद है, फिर शानिया त रखिए, फिर अदैनी शानिया दी बुलंदी थोड़ी है, नालैन दी बुलंदी ज्यादा। सर ते रख ली जुत्ती, सर ते रख ली, बाहर आया ताजर डिठा मुश्को अंबर दा, उस हैरानी नाल डिठा जुत्ती पैरां च पाई दी है, इस सर ते रखी हुई है, कोलो बुला के आंदे कहिंदी जुत्ती है, बेनियाजी नाल जवाब दे के आंदे उंदी जुत्ती है जिसदी जुत्ती दा सदका खुदा कायनात खलकी है। ए जुत्ती वेचे ना वेचन दा दा सौदा चंगा मिलिया, कीमत चंगी मिली ते जरूर वेचां दा, क्या अदे ए सारे उठां दी महार मैनू दे दे ते ए नालैन तू ले ले। सदात मुमनिन गल मुकावीए, ताजर फकीर हो गया, फकीर बादशाह हो गया। सर ते जुत्ती रखी जनाबे मारूफ करखी ने, सर ते जुत्ती रख के सरकारे कायनात दे सुल्तान दी बारगाह च आया, कायनात दे सुल्तान दिठा सर ते जुत्ती हजार उठ, कायनात दे सुल्तान फरमाया मारूफ जी आका ए जुत्ती मैं फकीर नू दित्ती है, तफखुर दे नाल फखर दे नाल आ दे आका एवें नहीं लई, इक हजार उठ दिते न, एवें नहीं लई इक हजार उठ दिते न। कायनात दे सुल्तान फरमाया तुम मिल के आ रहे हो मेरे हबीब को, जाएगा खुल्द में जो उस खुश नसीब को, जूती मेरी के बदले देकर हजार ऊंट, मारूफ तुमने लूट लिया ना गरीब को। आए हाय हाथ बुलान हैदरी, माहौल बन गया। कसीदे दे दो शेर सुना लिए, सलवात पर होते कसीदा पर ये अल्लाहुमा शाही रजा की है, शाही रजा हे तवज्जो सारे दी, रजा की है शाही शेर आख लैंदे हो, शायरी दुनिया च पहला कसीदा एक लफ्ज दा काफिया है शाह, एक लफ्ज दा रदीफ है ही, शाह काफिया है ही रदीफ है, रजा की है शाही, रजा की है शाही। हे तवज्जो सारे दी, शाही रजा की
ہے توجہ فردِ سامی سنا دیئے لالا کی ہے شاہی حق بلند خدیری نعرہ حیدری پڑھو بابا دے بولانا شاہی خدا ہی شاہی خدا ہی سلوات پڑھ لو بابا دے بولان شاہی رضا شاہی ردیف ہے رضا کی ہے شاہی رضا کی ہے شاہی حکومت داد سیکھو جری سے جہاں پہ ہو سالا رکھو تیرے سری سے ہو مہدی سپاہی رضا کی ہے شاہی رضا کی ہاتھ بولن نہ ہے لری رضا کی ہے شاہی صلوات پڑھو بابا دے بولن اللہم سرکار عباس اللہ دو شیر پنجابی زبان دے جی بس ایک سطر مصائب دی سارے منتظر نے جی سارے منتظر نے کون عباس کس شان دا مالک میرا آقا تم مانگ کے دیکھو تو یہاں دیر نہیں ہے تھوڑی جی توجہات میرے علی پاسے تم مانگ کے دیکھو تو یہاں دیر نہیں ہے عباس کے تو نام میں بھی زیر نہیں ہے کہ شان دمالک ویرا کا عباس پنجابی زبان دے زیادہ تو زیادہ دو شعروں بھی شعر تے شعر سنا کے طالب دعا ہونا ہے کہ شان دمالک کون ہے اندا کا صلوات پڑھو تے میں قصیدہ پڑھ لما اللہم آغازی دی شان سنا توجہ سارے دی آغازی دی شان سناوا شان سناوا آیا آغازی دی شان سناوا اے حیدر دے دل دا چین اے حیدر دے دل دا حیدری کائنات دا سلطان کے شان دا مالک کائنات دا کک شان دا مالک سرکار عباس تو ہاں بھراوا امام حسن تے امام حسین دے نال کھڑے ہویا اے کائنات دے مشکل کشا سرکار حیدر قرار پتر دی شان دا قصیدہ پڑھ کے آکھیا انج کر پالے آئے امل بنے حسن حسین دی تسکین
हसन हुसैन दे शरीफ लुटे गए बस ज्यादा तो ज्यादा त्राई साढ़े त्राई मिनट अख जाने तो बीबी जाने जड़ी रुलन दे लायक ना हाई तो रुल गई ओ बीबी जड़ी अठारह भेरावां दी भेन आई बे मशकूर जंदे फिरावा नु ना ही पता साड़ी भेन रकाज की तो मैं बिस्मिल्लाह करा फिरा मारे गए नाले दुगान दे जेवर पाके सैन जहरा दिया शरीफ दिया सदा तो मोमिनीन बिन तलाने उठा दे सवार होया सफर जहाज का होवे सफर कार का होवे सफर घोड़े उठता होवे कायनात च फितरत है बालां नूं मावां ने संभालिया होंदा बालां नूं अज़रबैजान मावां संभालिया होंदा यजीदी फौज ने फितरत दे कानून बदल छोड़े सदा तो मोमिनीन मावां दे हथ पाबंद है बालां दे हथां दी ताकत जितनी देर रवे आ मां दे नाल चिमटे रवना जदा उठ तेज भजावना बाल ढह पवना मां दा वस न लग्या कूक मार के आख्या वांजो लाल अल्लाह दे हवाले हुण कयामत नू मुलाकात होसी सदा तो मोमिन इक जिम्मेदार रवायत करेंदे मैं बेल चचाया पानी लाने वास्ते तुरा मेरे पैर नू ठोकर लगी गल मुकेंदा पिया दो वहन करने मेरे पैर में दवा लतीफा दे ठोकर लगी दिल दुखे माफ करना कमीज दवाला पैर नू ठोकर लगी मैं समझाए पत्थर होसी करीब गया पत्थर नहीं आ सईदा दा मोया होया बाल हा कायनात दे सुल्तान दा नौकरा दे मैं नबी दा कलमा पढ़न आला बेलचे नाल मैं कबर बनाइए बाल नू दफन कीता फातिया दे वास्ते हाथ बुलंद कीते खिजर मेरी कान ते आवाज आई मैं तेरी जन्नत दी जामेना मैं बिस्मिल्लाह करा मुगे नबिया मैं तेरी जन्नत दी जामेना दे मैं ख्वाब ख्याल समझा दो चार कदम गया फिर बाल दी लाश कवर बनाई फिर आवाज आई मैं मुहम्मद दी खाली वली होई थीआं मैं तेरी जन्नत दी जामिना दे मैं मर वंजा हा तेरी लाश न देखा दे मैं करीब दिया लाश आई मैं कबर बनाइए लाश नु हाथ लावे लगा ऊ बीबी दी सदा मेरी कन ते आईए खुदा दा नाई लाश नु हाथ न लावे मैं सवाल कीता बीबी दो लाशां दफनाइया तै मेरा शुक्रिया अदा कीता हुण क्यों रोका आवाज आई ओ मेरे पुत्र आए ए मेरी धीए ए सईदां दी गैरत दा मसला है सदा तो मोमिनीन कूफे विच कायनात दे मुशहदादी फरमाया सज्जाद मैं भुलन वाली मां दी धी तो नहीं आ क्या हुई कूफा नहीं जिथा मैं शहजादी बन के आई यार तू फिर मंगो कूफा है कायनात दी मुशहदादी फरमाई था मेरे प्यो दी शाही आई जे आखे तो मैं प्यो दे नाम दा तारुफ करावा कायनात दी मुकद्दसा ने कूफे दी औरत मर्दा नो देख के कायनात दी मज़लूमा फरमाया मैं लोगो धीया मैं लोगो धी अली दी हा मैं थे मिलता बाजार दी तोड़े मजे
मैं लहरा दिया मेरी माँ का जनाजा रात उठे आया खुदा दलाजे मजमा हटा बकिया प्रोग्राम कुछ इस तरह से